ਪਹਿਲਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਨਹੀਂ ਹੁੰਦੇ ਸੀ, ਸਿਰਫ ਤੇ ਸਿਰਫ ਪੋਲੀਟੀਕਲ ਰੈਲੀਆਂ ਹੁੰਦੀਆਂ ਸੀ, ਸਮਝੌਤੇ ਹੋ ਗਏ ਸੀ, 5 ਸਾਲ ਤੂੰ 5 ਸਾਲ ਮੈਂ, ਕਿੱਥੇ ਜਾਣਗੇ ਲੋਕ। ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਅੱਗੇ ਵਧਣ ਦੇ ਮੌਕੇ ਦੇ, ਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵਾ ਕਰ ਰਹੇ ਨੇ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਮਾਨ ਸਰਕਾਰ ਬਣੀ ਹੈ ਉਸ ਤੋਂ ਬਾਅਦ ਨਾਗਰਿਕਾਂ ਨੂੰ ਅੱਗੇ ਵਧਣ ਦੇ ਮੌਕੇ ਮਿਲ ਰਹੇ ਨੇ। ਨਵੇਕਲੇ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਪੰਜਾਬ ਹੋਰ ਜ਼ਿਆਦਾ ਵਿਕਸਿਤ ਹੋ ਸਕੇ। ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਸਰਕਾਰ ਵਪਾਰ ਮਿਲਣੀ ਰੱਖੀ ਗਈ ਸੀ, ਇਸੇ ਦੌਰਾਨ ਮੰਚ ਤੋਂ ਵਿਰੋਧੀਆਂ ਦੇ ਖਿਲਾਫ ਜਿੱਥੇ ਮਾਨ ਨੇ ਆਪਣੀ ਭੜਾਸ ਕੱਢੀ ਤਾਂ ਉੱਥੇ ਹੀ ਦਾਅਵਾ ਕੀਤਾ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਉਦੋਂ ਤੋਂ ਵਪਾਰੀਆਂ ਦੇ ਲਈ ਨਵੇਂ ਰਾਹ ਖੋਲ੍ਹੇ ਜਾ ਰਹੇ ਨੇ, ਉਹਨਾਂ ਨੂੰ ਤਗੜੇ ਕੀਤਾ ਜਾ ਰਿਹਾ। ਆਪਣੀ ਕਿਸਮ ਦੇ ਇਹ ਨਵੇਕਲੇ ਸਮਾਗਮ ਨੇ ਜੋ ਪੰਜਾਬ 'ਚ ਹੋ ਰਹੇ ਨੇ। ਪਹਿਲਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਨਹੀਂ ਹੁੰਦੇ ਸੀ, ਸਿਰਫ ਤੇ ਸਿਰਫ ਪੋਲੀਟੀਕਲ ਰੈਲੀਆਂ ਹੁੰਦੀਆਂ ਸੀ, ਉੱਥੇ ਬੱਸਾਂ ਭਰ ਕੇ ਲੈ ਜਾਂਦੇ ਸੀ ਅਤੇ ਲੀਡਰ ਬੋਲਦੇ ਸੀ, ਬੋਲ ਕੇ ਆਪਣਾ ਭਾਸ਼ਣ ਦੇ ਕੇ ਸਟੇਜ ਤੋਂ ਚਲੇ ਜਾਂਦੇ ਸੀ ਅਤੇ ਲੋਕਾਂ ਨੂੰ ਬੱਸਾਂ 'ਚ ਭਰ ਕੇ ਫਿਰ ਘਰੇ ਛੱਡ ਦਿੰਦੇ ਸੀ। ਮੰਤਰੀਆਂ ਦੇ ਅਤੇ ਮੁੱਖ ਮੰਤਰੀਆਂ ਦੇ ਅਤੇ ਅਫਸਰਾਂ ਦੇ ਦਫ਼ਤਰਾਂ ਦੇ ਅਤੇ ਘਰਾਂ ਦੇ ਕੁੰਡੇ ਆਮ ਲੋਕਾਂ ਲਈ, ਵਪਾਰੀ ਲਈ, ਮਜ਼ਦੂਰ ਲਈ, ਕਿਸਾਨ ਲਈ, ਵਿਦਿਆਰਥੀਆਂ ਲਈ, ਬੇਰੁਜ਼ਗਾਰਾਂ ਲਈ ਬੰਦ ਹੋ ਗਏ ਸੀ, ਕਿਉਂਕਿ ਰਾਜ ਕਰਨ ਵਾਲਿਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਲੋਕਾਂ ਕੋਲ ਤੀਜਾ ਰਾਹ ਹੈ ਨਹੀਂ ਕੋਈ, ਜਾਣਗੇ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲ, ਦੂਜੇ ਤੋਂ ਉਹ ਤੋਂ ਵੀ ਵੱਧ ਦੁਖੀ ਹੋ ਕੇ ਫਿਰ ਪਹਿਲੇ ਕੋਲ, ਹੋਰ ਕੋਈ ਰਸਤਾ ਨਹੀਂ ਸੀ। ਸੋ ਆਪਸ 'ਚ ਉਹਨਾਂ ਦੇ ਸਮਝੌਤੇ ਹੋ ਗਏ ਸੀ, 5 ਸਾਲ ਤੂੰ 5 ਸਾਲ ਮੈਂ, ਕਿੱਥੇ ਜਾਣਗੇ ਲੋਕ। ਨਾ ਕਿਸੇ ਵਪਾਰੀ ਨੂੰ ਮਿਲਿਆ ਗਿਆ, ਨਾ ਕਿਸੇ ਕਿਸਾਨ ਨੂੰ ਮਿਲਿਆ ਗਿਆ, ਨਾ ਕਿਸੇ ਬੇਰੁਜ਼ਗਾਰ ਨਾਲ ਗੱਲ ਕੀਤੀ ਗਈ, ਨਾ ਨੌਕਰੀ, ਨਾ ਕੋਈ ਸੜਕ ਬਣਾਈ ਗਈ, ਨਾ ਕੋਈ ਯੂਨੀਵਰਸਿਟੀ ਖੋਲ੍ਹੀ, ਨਾ ਮੈਡੀਕਲ ਕਾਲਜ, ਨਾ ਦੂਜਾ ਜਨਰਲ ਕਾਲਜ, ਨਾ ਹਸਪਤਾਲ, ਕੁਛ ਨਹੀਂ ਖੋਲ੍ਹਿਆ। ਖਜ਼ਾਨਾ ਖਾਲੀ, ਖਜ਼ਾਨਾ ਖਾਲੀ ਦੀਆਂ ਦਵਾਈਆਂ ਮਿਲਦੀਆਂ ਰਹੀਆਂ ਬਸ। ਜੋ ਨੈਗੇਟਿਵਿਟੀ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ, ਉਹਦੇ ਨਾਲ ਪੰਜਾਬ ਦਾ ਯੂਥ ਉਦਾਸ ਹੋ ਕੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਿਆ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ, ਆਪਣੀ ਸਟੇਟ ਦੇ ਨਾਗਰਿਕਾਂ ਨੂੰ ਉਮੀਦਾਂ ਦੇਵੇ, ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਦੇਵੇ, ਰਨਵੇ ਬਣ ਕੇ ਉਹ ਆਪਣੇ ਜਹਾਜ਼ਾਂ ਨੂੰ ਮੌਕਾ ਦੇਵੇ ਉੱਪਰ ਉੱਡਣ ਦਾ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਇਸੇ ਕੰਮ ਵਾਸਤੇ ਲੋਕ ਸਰਕਾਰ ਬਣਾਉਂਦੇ ਨੇ।